ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਣੀ ਜਨਰ ਰਾਹੀਂ ਜਿਸ ਵਿਸ਼ੇ ਤੇ ਆਪ ਜੀ ਨਾਲ ਅੱਜ ਅਸੀਂ ਗੁਰਮਤਿ ਦੇ ਵਿਚਾਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਿਰਹਾਗ ਅੰਦਰ ਬਿਆਨ ਕੀਤੇ ਚਾਰ ਪੈਰਾਂ ਦੀ ਗੱਲ ਹੈ ਕਿ ਮਨੁੱਖ ਸੰਸਾਰ ਦੇ ਵਿੱਚ ਮਾਨਵ ਇੱਕ ਰਾਤ ਤੇ ਚਾਰ ਪੈਰ ਕੱਟ ਕੇ ਤੇ ਵਾਪਸ ਜਾਨ ਲੈ ਆਇਆ ਸਿਰਹਾਗ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪੰਨਾ 74 75 ਤੇ ਇਨਾ ਚਾਰ ਪੈਰਾਂ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਸੁੰਦਰ ਢੰਗ ਨਾਲ ਕਰਕੇ ਮਨੁੱਖ ਨੂੰ ਜੀਵਨ ਦੀ ਸੋਝੀ ਦਿੱਤੀ ਹੈ ਕਿ ਇਹ ਮਨੁੱਖ ਜਿਵੇਂ ਇੱਕ ਰਾਤ ਪੈਂਦੀ ਹੈ ਜਿਸਦੇ ਚਾਰ ਪੈਰ ਹੁੰਦੇ ਹਨ ਇੱਕ ਇੱਕ ਕਰਕੇ ਚਾਰੇ ਪੈਰ ਜਿਹੜੇ ਹਨ ਉਹ ਜਦੋਂ ਗੁਜ਼ਰ ਜਾਂਦੇ ਹਨ ਤਾਂ ਫਿਰ ਦਿਨ ਚੜ ਜਾਂਦਾ ਹੈ ਭਾਵ ਜੀਵਨ ਰੂਪੀ ਰਾਤ ਦੇ ਚਾਰ ਪੈਰ ਬਤੀਤ ਕਰਨ ਤੋਂ ਬਾਅਦ ਤੂੰ ਇਸ ਸੰਸਾਰ ਵਿੱਚੋਂ ਕੋਚ ਕਰ ਜਾਣਾ ਹੈ ਪਰ ਮਨੁੱਖ ਹੈ ਕਿ ਜਦੋਂ ਇਸ ਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ ਸਰੀਰ ਵਿੱਚ ਬਲ ਤਾਕਤ ਹੁੰਦੀ ਹੈ ਤਾਂ ਇਹ ਕਦੀ ਇਹ ਯਾਦ ਹੀ ਨਹੀਂ ਰੱਖਦਾ ਕਿ ਇੱਕ ਦਿਨ ਮੇਰੇ ਜੀਵਨ ਰੂਪੀ ਰਾਤੇ ਚਾਰ ਪੈਰ ਸਮਾਪਤ ਹੋ ਜਾਣਗੇ ਅਤੇ ਮੈਂ ਇਸ ਦੁਨੀਆ ਤੋਂ ਕੋਚ ਕਰਨਾ ਹੈ ਗੁਰਬਾਣੀ ਵਿੱਚ ਪਾਤਸ਼ਾਹ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਸਮਝਾਇਆ ਹੈ ਕਿ 10 ਬਾਲ ਤਨ 20 ਰਵਨ 30 ਦਾ ਕ ਸੁੰਦਰ ਕਹਾਵੈ 40 ਸੇ ਪੁਰ ਹੋਏ 85 ਪੱਗ ਖਿਸਾ 60 ਕੇ ਬੁੱਢੇ ਭਾਵੈ 70 ਕਾ ਮਤ ਹੀਨ 80 ਕਾ ਵਿਵਹਾਰ ਨਾ ਪਾਵੈ 90 ਕਾ ਸੇ ਜਾਸਨੀ ਮੂਲ ਨਾ ਜਾਣੈ ਅਪ ਬਲ ਟੰਡੋਲੀ ਮਿੱਟੂਂ ਢਿਮਢਿਠ ਮੈ ਨਾਨਕ ਜਗ ਧੋਵੈ ਕਾ ਤਵਲਹਿਰ ਭਾਵ ਬਹੁਤ ਸਾਰੇ ਸਟੇਜਾਂ ਤੋਂ ਗੁਜ਼ਰ-ਗੁਜ਼ਰ ਕੇ ਜੀਵਨ ਰੂਪੀ ਰਾਤ ਤੇਰੀ ਕੱਟ ਜਾਏਗੀ ਖਤਮ ਹੋ ਜਾਏਗੀ ਇੱਕ ਸਮਾਂ ਆਏਗਾ ਜਦੋਂ ਤੂੰ ਬਚਪਨ ਦੀ ਉਮਰ ਵਿੱਚ ਮਾਤਾ ਪਿਤਾ ਦੇ ਲਾਡ ਪਿਆਰ ਦੇ ਵਿੱਚ ਸੰਸਾਰ ਦੇ ਰੰਗ ਮਾਣੇਗਾ ਫਿਰ ਉਸ ਤੋਂ ਬਾਅਦ ਜਵਾਨੀ ਹੋ ਜਾਏਗੀ ਜਵਾਨੀ ਕੱਟ ਜਾਏਗੀ ਫਿਰ ਬਡੇਪਾ ਆ ਜਾਏਗਾ ਅਤੇ ਇੱਕ ਸਮੇਂ ਤੂੰ ਮੰਝੇ ਤੇ ਪੈ ਜਾਏਗਾ ਤੇਰਾ ਸਰੀਰ ਬਲਹੀਣ ਹੋ ਜਾਏਗਾ ਪਰ ਮਨੁੱਖ ਹੈ ਕਿ ਇਸ ਪਾਸੇ ਇਹ ਚਾਤੀ ਮਾਰਦਾ ਹੀ ਨਹੀਂ ਜਿਵੇਂ ਕਿ ساری ਉਮਰ ਇਸਨੇ ਰਿਸ਼ਤ ਪੋਸ਼ਟੀ ਰਹਿਣਾ ਹੈ ਜਵਾਨ ਹੀ ਰਹਿਣਾ ਹੈ ਬਲਵਾਨ ਹੀ ਰਹਿਣਾ ਹੈ ਤਾਂ ਗੁਰਨਾਣਕ ਪਾਤਸ਼ਾਹ ਨੇ ਜੀਵਨ ਰੂਪੀ ਰਾਤ ਦੇ ਪਹਿਲੇ ਪੈਰ ਵਿੱਚ ਸਾਨੂੰ ਕੀ ਸਮਝਾਇਆ ਆਓ ਪਹਿਲੇ ਉਸ ਪੈਰ ਦੀ ਗੱਲ ਕਰ ਲਈਏ ਪਹਿਲਾ ਪਹਿਰ ਰੇਨ ਕਾ ਵਣ ਜਾ ਰਿਆ ਮਿਤਰਾ ਹੁਕਮ ਪਹਿਆ ਕਰ ਬਾਸ ਉਰਦ ਤਪ ਅੰਤਰ ਕਰੇ ਵਣ ਜਾ ਰਿਆ ਮਿਤਰਾ ਖਸਮ ਸਿਤੀ ਅਰਦਾਸ ਖਸਮ ਸਿਤੀ ਅਰਦਾਸ ਵਖਾਨੈ ਉਰਦ ਧਿਆਨ ਲਿਵ ਲਾਗਾ ਨਾ ਮਰ ਜਾਦ ਆਇ ਕਲ ਭੀਤਰ ਬਹੁੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕੋ ਨਾਨਕ ਪ੍ਰਾਨੀ ਪਹਿਲਾ ਪੈਰ ਹੈ ਹੁਕਮ ਭਇਆ ਗਰਬਾਸ ਅਰਥ ਹਨ ਪਹਿਲਾ ਪਹਿਰ ਹੈ ਰੇਣ ਕ ਬਣ ਜਾ ਰਿਆ ਮਿੱਤਰਾ ਦੋ ਗੱਲਾਂ ਦਾ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ ਇੱਕ ਤਾਂ ਰੈਨ ਜਿਸ ਤੇ ਅਰਥ ਹਨ ਰਾਤ ਤੇ ਦੂਸਰਾ ਵਣਜਾਰਿਆ ਮਿਤਰਾ ਵਣਜਾਰਿਆ ਮਿਤਰਾ ਇਸ ਨੂੰ ਇਸ ਲਈ ਆਖਿਆ ਗਿਆ ਹੈ ਕਿ ਵਾਸਤਵ ਵਿੱਚ ਮਨੋਕ ਸੰਸਾਰ ਵਿੱਚ ਵਣਜ ਵਪਾਰ ਕਰਨ ਲਈ ਹੀ ਆਇਆ ਹੈ ਤੇ ਵਣਜ ਵਪਾਰ ਕਰਨਾ ਕਿਹੜਾ ਹੈ ਨਾਮ ਦਾ ਵਣਜ ਕਰੋ ਵਣਜਾਰੇਓ ਵਖਰ ਲਿਓ ਸੰਭਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ ਐਸਾ ਵਣਜ ਵਪਾਰ ਕਰ ਜਿਹੜਾ ਵਣਜ ਵਪਾਰ ਤੇਰੇ ਆਤਮਿਕ ਲਾਹੇ ਦੀ ਗੱਲ ਵਿੱਚ ਹੋਵੇ ਅਤੇ ਉਸ ਮਾਲਕ ਦੇ ਦਰ ਤੇ ਜਿਹੜਾ ਵਣਜ ਵਪਾਰ ਕਰਕੇ ਤੂੰ ਲਾਹਾ ਖਟਿਆ ਹੋਵੇ ਉਹ ਤੇਰੇ ਨਾਲ ਜਾਵੇ ਕਿਉਂਕਿ ਮਨੁੱਖ ਵਣਜਾਰਾ ਇਸ ਲਈ ਹੈ ਕਿ ਇਸ ਨੇ ਨਾਮ ਦਾ ਵਣਜ ਕਰਨਾ ਹੈ ਨਾਮ ਦਾ ਵਪਾਰ ਕਰਨਾ ਹੈ ਚੰਗੇ ਗੁਣ ਗ੍ਰਹਿਣ ਕਰਨੇ ਹਨ ਅਤੇ ਚੰਗੇ ਗੁਣ ਗ੍ਰਹਿਣ ਕਰਨ ਕਰਕੇ ਹੀ ਉਸ ਮਾਲਕ ਦੀ ਨਜ਼ਰਾਂ ਵਿੱਚ ਜਿਸ ਨੇ ਪ੍ਰਵਾਨ ਹੋਣਾ ਹੈ ਅਵਗਨ ਛੋੜ ਗੁਨਾ ਕੋਤਾਵੋ ਕਰ ਅਵਗਨ ਪਛਤਾਹੀ ਜਿਓ ਜੇ ਅਵਗਨ ਕਰੋਗੇ ਤਾਂ ਫਿਰ ਇੱਕ ਸਮਾਂ ਐਸਾ ਆਏਗਾ ਤੁਹਾਨੂੰ ਪਛਤਾਣਾ ਪਏਗਾ ਤੋਂ ਗੁਰੂ ਸਾਹਿਬ ਕਹਿੰਦੇ ਨੇ ਪਹਿਲਾ ਪਹਿਰਾ ਰੈਣਕਾ ਵਣ ਜਾ ਰਿਆ ਮਿਤਰਾ ਹੁਕਮ ਭਇਆ ਗਰਵਾਸ ਜੀਵਨ ਰੂਪੀ ਰਾਤ ਦੇ ਪਹਿਲੇ ਪੈਰ ਵਿੱਚ ਅਕਾਲ ਪੁਰਖ ਦੇ ਹੁਕਮ ਨਾਲ ਮਾਤਾ ਅਤੇ ਪਿਤਾ ਦੇ ਰਗਤ ਬਿੰਦ ਦੁਆਰਾ ਤੇਰਾ ਵਾਸਾ ਮਾਂ ਦੇ ਗਰਭ ਵਿੱਚ ਹੁੰਦਾ ਹੈ ਤੇ ਉੱਥੇ ਪਾਚਾ ਕਦਨ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਮਾਂ ਦੇ ਗਰਭ ਦੇ ਵਿੱਚ ਐ ਵਣਜਾਰੇ ਮਿੱਤਰ ਤੋ ਪੁੱਠਾ ਲੜਕਾ ਹੋਇਆ ਹੁੰਦਾ ਹੈ ਅਤੇ ਉਸ ਮਾਲਕ ਨਾਲ ਤੇਰੀ ਲੱਗੀ ਹੋਈ ਹੁੰਦੀ ਹੈ ਅਕਾਲ ਪੁਰਖ ਨੇ ਮਨੁੱਖ ਤੇ ਜੋ ਪਰਉਪਕਾਰ ਕੀਤੇ ਜਦੋਂ ਇਹ ਛੋਟਾ ਬੱਚਾ ਹੈ ਮਾਂ ਦੇ ਗਰਭ ਵਿੱਚ ਹੈ ਸੋਜੀ ਨਹੀਂ ਤਾਂ ਉਸ ਨੇ ਇਸ ਨੂੰ ਜੀਵਤ ਰੱਖਣ ਦੇ ਤਰੀਕੇ ਵੀ ਉੱਥੇ ਹੀ ਪੈਦਾ ਕਰ ਦਿੱਤੇ ਇਸ ਨੂੰ ਆਪਣੇ ਨਾਲ ਜੋੜੀ ਰੱਖਿਆ ਤਾਂ ਕਿ ਜਿਵੇਂ ਦਰਖਤ ਦੀਆਂ ਜੜ੍ਹਾਂ ਨਾਲ ਤਨਾ ਜੁੜਿਆ ਹੋਵੇ ਤਾਂ ਉਹ ਹਰਾ-ਭਰਾ ਰਹਿੰਦਾ ਹੈ ਤੇ ਜੇ ਕੱਟ ਜਾਵੇ ਪੇਡ ਮੁੰਡਾ ਹੂੰ ਕਟਿਆ ਤਿਸ ਡਾਲ ਸੁਕੰਦੇ ਵਲੀ ਗਾਲ ਹੋ ਜਾਂਦੀ ਹੈ ਤੋ ਪਾਛਕ ਕਹਿੰਦੇ ਭਾਈ ਉਰਦ ਤਪ ਅੰਤਰ ਕਰੇ ਬਣ ਜਾ ਰਿਆ ਮਿਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਾਗਾ ਨਾ ਮਰ ਜਾਦ ਆਇਆ ਕਲ ਭੇਤਰ ਬਹੁੜ ਜਾਸੀ ਨਾਂਗਾ ਉਸ ਵਕਤ ਜਦੋਂ ਮਾਂ ਦੇ ਗਰਭ ਦੇ ਵਿੱਚ ਇਹ ਉਲਟਾ ਲੜਕਿਆ ਆ ਹੁੰਦਾ ਇਸ ਤੇ ਕੋਈ ਮਰਿਆਦਾ ਨਹੀਂ ਹੁੰਦੀ ਇਹ ਨੰਗਾ ਹੀ ਹੁੰਦਾ ਉੱਥੇ ਤੇ ਪਾਤਸ਼ਾਹ ਕਹਿੰਦੇ ਜਦੋਂ ਫਿਰ ਸੰਸਾਰ ਚ ਉਸਨੇ ਕੁਝ ਕਰਨਾ ਹੁੰਦਾ ਉਦੋਂ ਵੀ ਉਸਨੇ ਨੰਗੇ ਹੀ ਜਾਣਾ ਹੁੰਦਾ ਉਰਦ ਤਪ ਅੰਤਰ ਕਰੇ ਵਣਜਾਰਿਆ ਮਿਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਾਗਾ ਨਾ ਮਰ ਜਾਦ ਆਇਆ ਕਲ ਭੀਤਰ ਬਹੁੜ ਜასი ਨਾਂਗਾ ਤੇ ਪਾਤਸ਼ਾਹ ਕੇ ਕਹਿੰਦੇ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਪੁਰਬਲੇ ਚੰਗੇ ਅਤੇ ਮੰਦੇ ਇਸਤੇ ਕਰਮ ਅਨੁਸਾਰ ਪ੍ਰਭੂ ਨੇ ਆਪਣੀ ਕਲਮ ਨਾਲ ਇਸਤੇ ਮੱਥੇ ਤੇ ਉਹ ਲੇਖ ਲਿਖੇ ਹੁੰਦੇ ਹਨ ਤੇ ਇਸ ਤੇ ਜਦੋਂ ਜਨਮ ਹੋਏਗਾ ਜਨਮ ਹੋਣ ਤੋਂ ਬਾਅਦ ਫਿਰ ਇਸਨੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰਨੀ ਹੈ ਚੰਗੇ ਜਾਂ ਮੰਦੇ ਕਰਮ ਕਰਨੇ ਹਨ ਪਰ ਇਸ ਵਕਤ ਜੋ ਪੁਰਬਲੇ ਕਰਮ ਇਸਨੇ ਕੀਤੇ ਹੁੰਦੇ ਹਨ ਉਸ ਤੇ ਅਨੁਸਾਰ ਉਸ ਮਾਲਕ ਨੇ اپنی ਕਲਮ ਨਾਲ ਇਸ ਤੇ ਲੇਖ ਲਿਖੇਦੇ ਹੁੰਦੇ ਹਨ ਤਾਂ ਪਾਤਸ਼ਾਹ ਕਹਿੰਦੇ ਨੇ ਜੈਸੀ ਕਲਮ 부ੜੀ ਹੈ ਮਸਤਕ ਤੈਸੀ ਜਿਹੜੇ ਪਾਸ ਕੋ ਨਾਨਕ ਪ੍ਰਾਨੀ ਪਹਿਲਾ ਪੈਰ ਹੈ ਹੁਕਮ ਭਿਆ ਗਰਭਾਸ ਤਾਂ ਗੁਰਨਾਨਕ ਪਾਤਸ਼ਾਹ ਸ੍ਰੀ ਰਾਖ ਅੰਦਰ ਪਹਿਲੇ ਪੈਰ ਵਿੱਚ ਆਖਦੇ ਹਨ ਕਿ ਇਸ ਪੈਰ ਦੇ ਵਿੱਚ ਮਨੁੱਖ ਮਾਂ ਦੇ ਗਰਭ ਦੇ ਵਿੱਚ ਪੁੱਠਾ ਲੜਕਿਆ ਹੋਇਆ ਹੁੰਦਾ ਹੈ ਪੁਰਬਲੇ ਕਰਮ ਅਨੁਸਾਰ ਪ੍ਰਭੂ ਨੇ ਆਪਣੀ ਕਲਮ ਨਾਲ ਇਸਤੇ ਮੱਥੇ ਦੇ ਜੋ ਲੇਖ ਲਿਖੇ ਹੁੰਦੇ ਹਨ ਉਹੀ ਇਸਤੇ ਕੁਲ ਹੁੰਦੇ ਹਨ ਉੱਥੇ ਇਸਤੇ ਕੋਈ ਮਰਿਆਦਾ ਨਹੀਂ ਹੁੰਦੀ ਇਹ ਨੰਗਾ ਹੀ ਹੁੰਦਾ ਤੇ ਵਾਪਸ ਵੀ ਇਸਨੇ ਨੰਗੇ ਹੀ ਜਾਣਾ ਹੁੰਦਾ ਹੈ ਇਹ ਹੈ ਜੀਵਨ ਰੂਪੀ ਰਾਤ ਦਾ ਪਹਿਲਾ ਪੈਰ ਜੋ ਮਾਂ ਦੇ ਗਰਭ ਦੇ ਵਿੱਚ ਸਖਰਜ ਹੁੰਦਾ ਹੈ ਜੋ ਮਾਂ ਦੇ ਗਰਭ ਦੇ ਵਿੱਚ ਘਟਦਾ ਬਤੀਤ ਹੁੰਦਾ ਹੈ ਤਾਂ ਫਿਰ ਜਦੋਂ ਮਨੁੱਖ ਜਨਮ ਲੈ ਲੈਂਦਾ ਹੈ ਤੇ ਦੂਜੇ ਪੈਰ ਦੀ ਸ਼ੁਰੂਆਤ ਹੁੰਦੀ ਹੈ ਪਾਛਕਨ ਦੂਜਾ ਪਹਿਰ ਰਹਿਣ ਕਾ ਵਣਜਾਰਿਆ ਮਿਤਰਾ ਵਿਸਰ ਗਿਆ ਧਿਆਨ ਪਹਿਲੇ ਪੈਰ ਦੀ ਜਦੋਂ ਅਸੀਂ ਗੱਲ ਕੀਤੀ ਤਾਂ ਉੱਥੇ ਇੱਕ ਸ਼ਬਦ ਵਰਤਿਆ ਮੇਰੇ ਪਾਛਾ ਨੇ ਕਿ ਲਿਵ ਪ੍ਰਮਾਤਮਾ ਨਾਲ ਇਸਤੀ ਲਿਵ ਲੱਗੀ ਹੋਈ ਸੀ ਤੇ ਹੁਣ ਕੀ ਕਹਿੰਦੇ ਨੇ ਵਿਸਰ ਗਿਆ ਧਿਆਨ ਹੁਣ ਇਸਤੀ ਉਹ ਲਿਵ ਟੁੱਟ ਗਈ ਜਿਹੜਾ ਧਿਆਨ ਇਸਦਾ ਉਸ ਪ੍ਰਭੂ ਵਿੱਚ ਜੁੜਿਆ ਹੋਇਆ ਸੀ ਤੇ ਉਸਨੇ ਜੀਵਨ ਰੂਪੀ ਰਾਤ ਦੀ ਜੋ ਪਹਿਲੀ ਮਤਲਬ ਹੈ ਕੜੀ ਜਿਹੜੀ ਸੀ ਜੀਵਨ ਦੀ ਉੱਥੇ ਕੱਟੀ ਉਹ ਪ੍ਰਭੂ ਨਾਲ ਜੁੜ ਕੇ ਕੱਟੀ ਇਸੇ ਲਈ ਉਹ ਜ਼ਿੰਦਾ ਰਿਹਾ ਕਿਤੇ ਮਨੁੱਖ ਇਹ ਨਾ ਸੋਚੇ ਕਿ ਮਾਂ ਦੇ ਗਰਭ ਦੇ ਵਿੱਚ 9-10 ਮਹੀਨੇ ਮਨੁੱਖ ਕਿਤੇ ਮਾਤਾ ਪਿਤਾ ਦੀ ਕਿਰਪਾ ਬਦੌਲਤ ਜੀਵਰਤ ਹੈ ਨਹੀਂ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਅਕਾਲ ਪੁਰਖ ਦੇ ਧਿਆਨ ਵਿੱਚ ਜੁੜਿਆ ਹੋਇਆ ਏ ਉਹ 9-10 ਮਹੀਨੇ ਦਾ ਸਫਰ ਕੱਟਦਾ ਹੈ ਅਸੀਂ ਆਮ ਪੜਦੇ ਹਾਂ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੈ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਣ ਮੈਂ ਆਹਾਰ ਪਹੁੰਚਾਵੇ ਯਾਨੀ ਐਸੇ ਅਕਾਲਪੁਰਖ ਨੂੰ ਐ ਮਨੁਖ ਤੂੰ ਕਿਉਂ ਵਿਸਾਰਦਾ ਹੈਂ ਭਾਈ ਜੋ ਮਾਂ ਦੇ ਗਰਭ ਦੀ ਅਗਣ ਦੇ ਵਿੱਚ ਵੀ ਸਾਡਾ ਆਹਾਰ ਪਹੁੰਚਾਉਂਦਾ ਹੈ ਸਾਡਾ ਸਾਡੀ ਖੁਰਾਕ ਸਾਨੂੰ ਪਹੁੰਚਾਉਂਦਾ ਹੈ ਤੋ ਇਸ ਲਈ ਪਾਛੇ ਕਿ ਦਿਨ ਪਹਿਲੇ ਪੈਰ ਵਿੱਚ ਤਾਂ ਲਿ ਲੱਗੀ ਹੋਈ ਸੀ ਤੇ ਦੂਜੇ ਪਾਸ ਵਿੱਚ ਕੀ ਹੋਇਆ ਭਾਈ ਲਿਵ ਛੁੱਟ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਬਸ ਮਨੁੱਖ ਦੀ ਜੀਵਨ ਦੀ ਜੋ ਦੂਸਰੀ ਕੜੀ ਹੈ ਜੋ ਦੂਸਰਾ ਪੈਰ ਹੈ ਇਸ ਵਿੱਚ ਇਸ ਤੇ ਦੁਖਾਂਤ ਸ਼ੁਰੂ ਹੋ ਜਾਂਦੇ ਹਨ ਕਿਉਂ ਕਿ ਪਹਿਲੇ ਪੈਰ ਵਿੱਚ ਜੁੜਿਆ ਹੋਇਆ ਸੀ ਤੇ ਦੂਜੇ ਪੈਰ ਵਿੱਚ ਧਿਆਨ ਟੁੱਟ ਗਿਆ ਮਾਲਕ ਨਾਲੋਂ ਟੁੱਟ ਗਿਆ ਤੋਂ ਪਾਛਾ ਕਹਿੰਦੇ ਹਨ ਦੂਜਾ ਪਹਿਰਾ ਰਹਿਣ ਕੈ ਵਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਐ ਵਣ ਜਾ ਰਿਆ ਮਿੱਤਰਾ ਜਿਉਂ ਜਿਸੁੱਧਾ ਕਰ ਕਾਂ ਅਸੀਂ ਜਾਣਦੇ ਹਾਂ ਕਿ ਮਨੁੱਖ ਦਾ ਬੱਚਾ ਜਨਮ ਲੈਣ ਸਮੇਂ ਰੋਂਦਾ ਹੈ ਇਸ ਤੇ ਰੋਂ ਦੇ ਪਿੱਛੇ ਇੱਕ ਬਹੁਤ ਵੱਡੀ ਸੱਚਾਈ ਹੈ ਜੋ ਸਾਨੂੰ ਜਾਣਨੀ ਬੜੀ ਜ਼ਰੂਰੀ ਹੈ ਮਨੁੱਖ ਦਾ ਬੱਚਾ ਹੀ ਰਹੁੰਦਾ ਹੈ ਸੰਸਾਰ ਵਿੱਚ ਜਦੋਂ ਪਸ਼ੂ ਪੰਛੀਆਂ ਦੇ ਬੱਚੇ ਜਨਮ ਲੈਂਦੇ ਹਨ ਤਾਂ ਉਹ ਬੋਲਦੇ ਚੱਲਦੇ ਸੰਸਾਰ ਵਿੱਚ ਆਉਂਦੇ ਹਨ ਇੱਕ ਛੋਟੀ ਜਿਹੀ ਚੀੜੀ ਦਾ ਬੱਚਾ ਇੱਕ ਛੋਟੇ ਜਿਹੇ ਅੰਡੇ ਵਿੱਚੋਂ ਜਦੋਂ ਨਿਕਲਦਾ ਹੈ ਤੇ ਚੂੰ-ਚੂੰ ਕਰਦਾ ਹੋਇਆ ਉਹ ਬਾਹਰ ਆਉਂਦਾ ਹੈ ਮਨੁੱਖ ਦਾ ਬੱਚਾ ਹੀ ਕਿਉਂ ਰਹੁੰਦਾ ਹੈ ਸਿਕੰਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਜਿਨ੍ਹਾਂ ਨੂੰ ਅਸੀਂ ਗੁਰੂ ਕਰਦੇ ਵੇਦ ਵਿਆਸ ਆਖਦੇ ਹਾਂ ਇੱਕ ਵਾਰ ਸਿੱਖਾਂ ਨੇ ਇੱਕ ਸਵਾਲ ਪੁੱਛਿਆ ਸੀ ਉਹਨਾਂ ਕੋਲ ਕਿ ਭਾਈ ਸਾਹਿਬ ਇਹ ਗੱਲ ਦੱਸੋ ਕਿ ਨਵਜਾਇਜ਼ ਬੱਚੇ ਨੂੰ ਕੀ ਦੁੱਖ ਹੁੰਦਾ ਹੈ ਕਿ ਮਨੁੱਖ ਦਾ ਬੱਚਾ ਜਨਮ ਲੈਣ ਸਮੇਂ ਰੋਂਦਾ ਹੈ ਤਾਂ ਭਾਈ ਗੁਰਦਾਸ ਜੀ ਜੋ ਮਹਾਨ ਵਿਦਵਾਨ ਸਨ ਉਹਨਾਂ ਨੇ ਬੜਾ ਸੁੰਦਰ ਉੱਤਰ ਦਿੱਤਾ ਜਿਸ ਉਤਰ ਚ ਸਾਨੂੰ ਬਹੁਤ ਵੱਡਾ ਗਿਆਨ ਮਿਲਦਾ ਹੈ ਉਹ ਕਹਿੰਦੇ ਨ ਰੋਵੇ ਰਤਨ ਗਵਾਇ ਕਾ ਮਾਇਆ ਮੋਹ ਹਨੇਰ ਗੁਬਾਰਾ ਉਹ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਿਵਾਰਾ ਕਹਿੰਦੇ ਨ ਇਹਦੇ ਕੋਲ ਕੀਮਤੀ ਰਤਨ ਸੀ ਉਹ ਗਵਾਚ ਗਿਆ ਕਿਹੜਾ ਰਤਨ ਸੀ ਪਈ ਉਹ ਆਨੰਦਮੀ ਅਵਸਥਾ ਵੀ ਸੀ ਮਾਂ ਦੇ ਗਰਭ ਵਿੱਚ ਜਦੋਂ ਉਹ ਉਸ ਮਾਲਕ ਨਾਲ ਜੁੜਿਆ ਸੀ ਤੇ ਲਿਵ ਛੁੜ ਗਈ ਲੱਗੀ ਤ੍ਰishna ਜਦੋਂ ਉਥੋਂ ਉਸਦੀ ਲਿਵ ਟੁੱਟ ਗਈ ਉਸਦੀ ਖੁਸ਼ੀ ਨੂੰ ੱੱਕਾ ਵੱਜਾ ਤੇ ਫਿਰ ਜਦੋਂ ਬੱਚੇ ਦੀ ਖੁਸ਼ੀ ਨੂੰ ੱੱਕਾ ਵੱਜਦਾ ਹੈ ਬੱਚਾ ਦੁਖੀ ਹੋ ਕੇ ਰੋਂਦਾ ਹੈ ਤੋਂ ਭਾਈ ਗੁਰਦਾਸ ਜੀ ਕਹਿੰਦੇ ਹਨ ਇਹਦੇ ਕੋਲ ਕੀਮਤੀ ਰਤਨ ਸੀ ਗਵਾਚ ਗਿਆ ਇਸ ਲਈ ਇਹ ਰੋ ਰਿਹਾ ਪਰ ਪਰਿਵਾਰ ਵਾਲੇ ਖੁਸ਼ੀਆਂ ਮਨਾ ਰਹੇ ਹੱਸ-ਹੱਸ ਗਾਵੇ ਸਭ ਪਰਿਵਾਰਾ ਤੋ ਇਸ ਲਈ ਇਥੋਂ ਇਸ ਤਰ੍ਹਾਂ ਦੁਖਾਂਤ ਸ਼ੁਰੂ ਹੋ ਗਿਆ ਕਿਉਂਕਿ ਜੁੜਨ ਵਿੱਚ ਆਨੰਦ ਹੈ ਤੇ ਟੁੱਟਣ ਵਿੱਚ ਦੁੱਖ ਕੋਈ ਚੀਜ਼ ਜਿਹੜੀ ਆਪਣੇ ਮੁੱਢ ਨਾਲੋਂ ਟੁੱਟ ਜਾਵੇ ਕਦੀ ਸੁਖੀ ਨਹੀਂ ਰਹਿ ਸਕਦੀ ਦਰਿਆ ਵਗ ਰਿਹਾ ਹੈ ਉਸ ਦਾ ਪਾਣੀ ਛੱਲਾਂ ਦੇ ਰੂਪ ਵੀ ਜਦੋਂ ਉੱਪਰ ਉੱਠਦਾ ਹੈ ਤੇ ਨਾਲ ਦੇ ਟੋਏ ਟੀਬਿਆਂ ਵਿੱਚ ਡਿੱਗ ਜਾਂਦਾ ਹੈ ਤਾਂ ਫਿਰ ਉਹ ਕੁਝ ਸਮੇਂ ਬਾਅਦ ਵੀ ਖਰਾਬ ਹੋ ਜਾਂਦਾ ਹੈ ਉਸ ਵਿੱਚ ਕੀੜੇ ਪੈ ਜਾਂਦੇ ਹਨ ਤੇ ਪਸ਼ੂ ਪੰਛੀ ਵੀ ਉਸ ਨੂੰ ਜੀਵਦੇ ਨਹੀਂ ਕਿਉਂਕਿ ਖਰਾਬ ਹੋ ਜਾਂਦਾ ਹੈ ਇਸ ਲਈ ਪਾਤਸ਼ਾ ਜੋ ਸਾਨੂੰ ਸਮਝਾਉਂਦੇ ਹਨ ਕਿ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਤਾਂ ਦੂਜੇ ਪੈਰ ਦੀ ਗੱਲ ਮੇਰੇ ਪਾਤਸ਼ਾ ਬੜੇ ਸੁੰਦਰ ਸ਼ਬਦਾਂ ਵਿੱਚ ਕਰਦੇ ਹਨ ਕਿ ਦੂਜਾ ਪਹਿਰੈ ਰੇਨਕ ਵਣਜਾਰਿਆ ਮਿਤਰਾ ਵਿਸਰ ਗਿਆ ਧਿਆਨ ਉਸਤਾ ਧਿਆਨ ਟੁੱਟ ਗਿਆ ਮਾਲਕ ਨਾਲ ਲਿਵ ਲੱਗੀ ਹੋਈ ਸੀ ਲਿਵ ਟੁੱਟ ਗਈ ਤਾਂ ਫਿਰ ਜਦੋਂ ਜਨਮ ਲੈ ਲੈਂਦਾ ਹੈ ਤੇ ਪਰਿਵਾਰ ਬੜੇ ਲਾਡਾਂ ਤੇ ਚਾਵਾਂ ਨਾਲ ਬੱਚੇ ਨੂੰ ਪਾਲਦਾ ਹੈ ਚੁੱਕਦਾ ਹੈ ਪਿਆਰ ਕਰਦਾ ਹੈ ਪਰਿਵਾਰ ਦਾ ਇੱਕ ਮੈਂਬਰ ਉਸ ਨੂੰ ਚੁੱਕਦਾ ਹੈ ਉਹ ਛੱਡਦਾ ਦੂਜਾ ਚੁੱਕ ਲੈਂਦਾ ਹੈ ਉਹ ਛੱਡਦਾ ਫਿਰ ਤੀਜਾ ਚੁੱਕ ਲੈਂਦਾ ਤੋ ਬਾਦਸ਼ਾਹ ਕਹਿੰਦਾ ਨਾ ਹੱਥੋਂ ਹੱਥ ਨਹੀਂ ਚਾਹੀਆ ਵਣ ਜਾ ਰਿਹਾ ਮਿੱਤਰਾ ਜਿਨ ਜਸੁਦਾ ਘਰ ਕਾਨ ਕਾਨ ਕ੍ਰਿਸ਼ਨ ਜੀ ਲਈ ਵਰਤਿਆ ਗਿਆ ਹੈ ਤੇ ਜਸੂਦਾ ਜਿਹੜੇ ਉਹਨਾਂ ਦੇ ਖਿਡਾਮੀ ਸੀ ਜਿਸ ਨੇ ਉਹਨੂੰ ਪਾਲਿਆ ਸੀ ਤੇ ਇਤਿਹਾਸ ਦੱਸਦਾ ਹੈ ਕਿ ਉਹਨਾਂ ਲਈ ਕ੍ਰਿਸ਼ਨ ਜੀ ਬਹੁਤ ਪਿਆਰੇ ਸਨ ਬਹੁਤ ਪਿਆਰ ਕਰਦੇ ਸਨ ਤੋਂ ਜਿੱਥੇ ਇਸ ਸ਼ਬਦ ਦਾ ਸਬੰਧ ਹੈ ਗੁਰੂ ਨਾਨਕ ਪਾਤਸ਼ਾਹ ਹੀ ਗੱਲ ਸਾਨੂੰ ਸਮਝਾਉਂਦੇ ਹਨ ਕਿ ਮਾਂ ਲਈ ਹਰ ਇੱਕ ਬੱਚਾ ਇਤਨਾ ਪਿਆਰਾ ਹੋਇਆ ਕਰਦਾ ਹੈ ਜਿੰਨੇ ਕ੍ਰਿਸ਼ਨ ਜੀ ਆਪਣੀ ਖਿਡਾਮੀ ਜਸੂਦਾ ਵਾਸਤੇ ਸਨ ਤੋ ਪਾਛੇ ਕੇ ਦਿਨ ਹੱਥੋ ਹੱਥ ਨਚਾਈਐ ਵਨਜਾਰਿਆ ਮਿਤਰਾ ਜਿੰਜਿ ਸੁਦਾ ਕਰ ਕਾਂ ਹੱਥੋ ਹੱਥ ਨਚਾਈਐ ਪ੍ਰਾਨੀ ਮਾਤ ਕਹਿ ਸੁਤ ਮੇਰਾ ਸੁਤਿਆਰਥਨ ਪੁੱਤਰ ਜਦੋਂ ਲਾਡਾ ਪਿਆਰ ਨਾਲ ਪਰਿਵਾਰ ਇਸ ਨੂੰ ਪਾਲਦਾ ਚੁੱਕਦਾ ਤਾਂ ਮਾਂ ਮੇਰਾ ਮੇਰਾ ਕਰਕੇ ਬਹੁਤ ਪਿਆਰ ਕਰਦੀ ਹੈ ਗੁਰਬਾਣੀ ਵਿੱਚ ਇੱਕ ਥਾਂ ਤੇ ਹੋਰ ਆਂਦਾ ਮੋਰ ਮੋਰ ਕਰ ਅਧਿਕ ਲਾਡ ਧਰ ਪੇਕਥੀ ਜਮਰਾਉ ਹਸੈ ਕਿ ਮਾਂ ਤਾਂ ਮੇਰਾ ਮੇਰਾ ਕਰਕੇ ਬੜਾ ਪਿਆਰ ਕਰ ਦਿਆ ਬੱਚੇ ਨੂੰ ਪਰ ਉਹ ਇਹ ਭੁੱਲ ਜਾਂਦੀ ਹੈ ਕਿ ਇਸ ਨੂੰ ਜਿੰਨਾ ਇੱਕ ਮੌਕਾ ਸੰਸਾਰ ਵਿੱਚ ਜਿਉਣ ਦਾ ਮਿਲਿਆ ਹੈ ਉਹ ਪਲ-ਪਲ ਕਰਕੇ ਕੱਟ ਰਿਹਾ ਹੈ ਉਹ ਇਸ ਦੇ ਹੱਥੋਂ ਨਿਕਲ ਰਿਹਾ ਹੈ ਖਤਮ ਹੋ ਰਿਹਾ ਹੈ ਜਿੰਨੀ ਕੁ ਆਇਉ ਇਸ ਨੂੰ ਮਿਲੀ ਹੈ ਉਹ ਕੱਟਦੀ ਜਾ ਰਹੀ ਹੈ ਤੇ ਪਰਿਵਾਰ ਦੇ ਲਾਡ ਪਿਆਰ ਵਿੱਚ ਆਪਣੇ ਮਾਲਕਾਂ ਨੂੰ ਟੁੱਟ ਕੇ ਜੀਵਨ ਬਤੀਤ ਕਰ ਰਿਹਾ ਹੈ ਚਾਹੀਦਾ ਸੀ ਕਿ ਛੋਟੀ ਉਮਰ ਵਿੱਚ ਮਾਤਾ ਪਿਤਾ ਜਿਹੜੇ ਬੱਚੇ ਨੂੰ ਜਨਮ ਦਿੰਦੇ ਹਨ ਇਸ ਨੂੰ ਧਰਮ ਦੇ ਰਾਹ ਤੇ ਹੀ ਤੋਰਦੇ ਪਰ ਐਸਾ ਹੋਇਆ ਨਹੀਂ ਤੇ ਇਸ ਦਾ ਇਥੋਂ ਦੁਖਾਂਤ ਸ਼ੁਰੂ ਹੋ ਗਿਆ ਤੋਂ ਗੁਰੂ ਨਾਨਕ ਪਾਤਸ਼ਾਹ ਸ੍ਰੀ ਰاگ ਅੰਦਰ ਬੜੇ ਸੁੰਦਰ ਸ਼ਬਦਾਂ ਵਿੱਚ ਬਿਆਨ ਕਰਦੇ ਹਨ ਹੱਥੋਂ ਹੱਥ ਨਚਾਈਐ ਪ੍ਰਾਣੀ ਮਾਤ ਕਹੈ ਸੁਤ ਮੇਰਾ ਕਿ ਭਈ ਮੇਰਾ ਪੁੱਤਰ ਮੇਰਾ ਪੁੱਤਰ ਮੇਰਾ ਪੁੱਤਰ ਗੁਰਬਾਣੀ ਕਹਿੰਦੀ ਹੈ ਗੁਰੂ ਸਾਹਿਬ ਕਹਿੰਦੇ ਚੇਤ ਅਚੇਤ ਮੂਡ ਮਨ ਮੇਰੇ ਅੰਤ ਨਹੀਂ ਕਿਸ ਤੇਰਾ ਇਨਾਂ ਦੇ ਲਾਡ ਪਿਆਰ ਦੇ ਵਿੱਚ ਐ ਮਨੁੱਖ ਤੂੰ ਵੀ ਖਚਤ ਹੋਇਆ ਪਿਆ ਹੈ ਤੂੰ ਉਸ ਮਾਲਕ ਨੂੰ ਯਾਦ ਕਰ ਜਿਸ ਨੂੰ ਯਾਦ ਕਰਦਾ ਹੋਇਆ ਮਾਂ ਦੇ ਗਰਭ ਦੇ ਵਿੱਚ ਤੋਂ ਇੱਕ ਸਾਲ ਦਾ ਅਰਸਾ ਕੱਟਿਆ ਤੇ ਇਹਨਾਂ ਦੇ ਪਿਆਰ ਦੇ ਮੋਹ ਵਿੱਚ ਜੇ ਤੂੰ ਜੀਵਨ ਰੂਪੀ ਰਾਤ ਦੇ ਦੂਜੇ ਪੈਰ ਨੂੰ ਖਚਤ ਕਰ ਦੇਗਾ ਤਾਂ ਫਿਰ ਇਹ ਯਾਦ ਰੱਖ ਅੰਤ ਵੇਲੇ ਇਹ ਮਾਤਾ ਪਿਤਾ ਤੇਰਾ ਸਾਥ ਨਹੀਂ ਦੇ ਸਕਦੇ ਮਾਤ ਪਿਤਾ ਸੁਤ ਬੰਧ ਭਾਈ ਅੰਤ ਨਹੀਂ ਕੋਈ ਸਾਥ ਕੋਈ ਅੰਤ ਵੇਲੇ ਤੇਰਾ ਸਾਥ ਨਹੀਂ ਦੇ ਸਕੇਗਾ ਤੋਂ ਇਸ ਲਈ ਪਾਛਾ ਕਹਿੰਦੇ ਹਨ ਚੇਤ ਅਚੇਤ ਮੂਡ ਮਨ ਮੇਰੇ ਅੰਤ ਨਹੀਂ ਕਿਸ ਤੇਰਾ ਜਿਨ ਰਚ ਰਚਿਆ ਤਿਸੈ ਨਾ ਜਾਣੈ ਮਨ ਪੀਤਰ ਤਰ ਗਿਆਨ ਜਿਸਨੇ ਤੇਰੀ ਰਚਨਾ ਰਚੀ ਜਿਸ ਮਾਲਕ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਉਸ ਵੱਲ ਧਿਆਨ ਨਹੀਂ ਕਰਦਾ ਤੂੰ ਉਸ ਦੀ ਯਾਦ ਵਿੱਚ ਜੀਵਨ ਰੂਪੇ ਰਾਤ ਦੀ ਦੋ ਦੂਜਾ ਪੈਰ ਹੈ ਇਸ ਨੂੰ ਨੇ ਕਟ ਰਿਆ ਤੂੰ ਉਸ ਨਾਲ ਨੂੰ ਟੁੱਟਿਆ ਹੋਇਆ ਹੈ ਜਦ ਕੇ ਇੱਕ ਸਮਾ ਸੀ ਤੂੰ ਜੁੜਿਆ ਹੋਇਆ ਸੀ ਤੇ ਆਨੰਦ ਦੀ ਅਵਸਥਾ ਵੀ ਸੀ ਪਾਛਾ ਸੁਚੇਤ ਕਰਦੇ ਹਨ ਕਿ ਚੇਤ ਅਚੇਤ ਮੂੜ ਮਨ ਮੇਰੇ ਅੰਤ ਨੇ ਕਿਸ ਤੇਰਾ ਜਿਨ ਰਚ ਰਚਿਆ ਤਿਸਾ ਨਾ ਜਾਣੈ ਮਨ ਪੀਤਰ ਤਰ ਗਿਆਨ ਕੋ ਨਾਨਕ ਦੂਜੇ ਪੈਰੈ ਪੁਰਾਣੀ ਵਿਸਰ ਗਿਆ ਧਿਆਨ ਤਾਂ ਗੁਰੂ ਨਾਨਕ ਪਾਛਾ ਕਹਿੰਦੇ ਹਨ ਕਿ ਦੂਜੇ ਪੈਰ ਦੇ ਵਿੱਚ ਮਨੁੱਖ ਜਿਹੜਾ ਹੈ ਉਹ ਆਪਣੇ ਮਾਲਕ ਲਨੋਂ ਟੁੱਟ ਕੇ ਤੋ ਜੀਵਨ ਅਜਾਈ ਬਤੀਤ ਕਰਦਾ ਜਾ ਰਿਹਾ ਹੈ ਫਿਰ ਤੀਜੇ ਪੈਰ ਦੀ ਗੱਲ ਕਰਦੇ ਹਨ ਪਾਤਸ਼ਾ ਉਸ ਤੋਂ ਬਾਅਦ ਫਿਰ ਤੀਜਾ ਪੈਰ ਆ ਜਾਂਦਾ ਹੈ ਤੀਜੇ ਪੈਰ ਵਿੱਚ ਜਦੋਂ ਇਹ ਜਵਾਨ ਹੋ ਜਾਂਦਾ ਹੈ ਤੋ ਜਵਾਨੀ ਦੀ ਉਮਰ ਦੇ ਵਿੱਚ ਇਸਦੇ ਕੁਝ ਖੁਆਇਸ਼ਾਂ ਹੁੰਦੀਆਂ ਮੈਂ ਚੰਗਾ ਪੜ੍ਹ ਲਿਖ ਜਾਵਾਂ ਮੈਂ ਚੰਗੇ ਸੁੰਦਰ ਕੱਪੜੇ ਪਾਵਾਂ ਮੇਰਾ ਸਰੀਰ ਬੜਾ ਸੁੰਦਰ ਹੋਵੇ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਵੇ ਤੇ ਜੀਵਨ ਦੇ ਸਾਰੇ ਸਾਧਨ ਸੁਖ ਆਰਾਮ ਦੇ ਮੇਰੇ ਕੋਲ ਉਪਲਬਧ ਹੋਣ ਪਾਛਾ ਕਿੰਦੇ ਨਤੀਜਾ ਪਹਿਰਾ ਰੈਨਕ ਵਣ ਜਾ ਰਿਆ ਮਿਤਰਾ ਤਨ ਜੋਬਨ ਸਿਉ ਚਿਤ ਜੋਬਨ ਜਵਾਨੇ ਨੋਕਿਆਂ ਦੇ ਪਰ ਜਿਨ੍ਹਾਂ ਲੋਕਾਂ ਨੂੰ ਧਰਮ ਦੀ ਸੋਝੀ ਹੋਇਆ ਕਰਦੀ ਹੈ ਉਹ ਕਿੰਦੇ ਸਾੜੇ ਤੇ ਸੁੰਦਰ ਜਵਾਨੀ ਹੋਵੇ ਨਾ ਹੋਵੇ ਆਸੀ ਉਸ ਮਾਲਕ ਦਲ ਨੂੰ ਟੁੱਟੀਏ ਨਾ ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਕਹਿੰਦੇ ਹਨ ਮੇਰੇ ਮਨ ਦੀ ਇਹ ਇੱਛਾ ਹੈ ਕਿ ਮੇਰੇ ਸਰੀਰ ਤੇ ਜੋ ਜਵਾਨੀ ਹੈ ਇਹ ਰਵੇ ਨਾ ਰਵੇ ਮੈਨੂੰ ਇਸ ਤੇ ਕੋਈ ਪਰਵਾਹ ਨਹੀਂ ਪਰ ਮੇਰੇ ਦਿਲ ਦੇ ਅੰਦਰ ਮੇਰੇ ਸਰੀਰ ਦੇ ਅੰਦਰ ਮੇਰੇ ਹਿਰਦੇ ਵਿੱਚੋਂ ਉਸ ਮਾਲਕ ਦਾ ਨਾਮ ਜਿਹੜਾ ਹੈ ਉਹ ਦੂਰ ਨਹੀਂ ਹੋਣਾ ਚਾਹੀਦਾ ਕਿ ਫਰੀਦਾ ਕਿੰਤੀ ਜੋਬਨ ਪ੍ਰੀਤਵਿਨ ਸੁੱਕ ਗਏ ਕੁਮਲਾਏ ਕਹਿੰਦੇ ਬੜੀਆਂ ਜਵਾਨੀਆਂ ਆਸਿਆਸੀਆਂ ਦੇਖੀਆਂ ਹਨ ਜਿਹੜੇ ਆਪਣੇ ਮੁੱਢਸ ਮਾਰਗ ਨਾਲੋਂ ਟੁੱਟ ਗਏ ਹੁੰਦੇ ਹਨ ਤੇ ਮਨ ਉਹ ਕੁਮਲਾ ਜਾਂਦੇ ਹਨ ਉਹ ਮੁਰਝਾ ਜਾਂਦੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਅਤੇ ਖੇੜੇ ਕਦੇ ਵੀ ਨਹੀਂ ਆਉਂਦੇ ਤੋਂ ਪਾਤਸ਼ਾਹ ਕੇ ਦਿਨ ਸਾਨੂੰ ਸੁਚੇਤ ਕਰਦੇ ਨੇ ਇਹ ਮਨੁੱਖ ਇੱਕ ਰਾਤ ਦਾ ਪ੍ਰਾਉਣਾ ਹੈ ਤੂੰ ਜੈਸੇ ਰੇਨ ਪ੍ਰਾਉਨੇ ਉੜ ਚਲਸੇ ਪ੍ਰਭਾਤ ਕਿਆ ਤੂ ਰਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਾਗਾਂਤ ਜਿਸ ਤਰ੍ਹਾਂ ਕੋਈ ਪ੍ਰਾਉਣਾ ਕਿਸੇ ਦੇ ਘਰ ਆਂਦਾ ਹੈ ਰਾਤ ਕੱਟਦਾ ਹੈ ਤੇ ਸਵੇਰੇ ਉਸਨੂੰ ਜਾਣਾ ਹੁੰਦਾ ਹੈ ਤੂੰ ਵੀ ਸੰਸਾਰ ਵਿੱਚ ਇੱਕ ਪ੍ਰਾਣੇ ਵਾਂਗ ਆਇਆ ਹੈ ਅਤੇ ਜੀਵਨ ਰੂਪੀ ਰਾਤ ਨੂੰ ਕੱਟ ਕੇ ਤੂੰ ਵਾਪਸ ਜਾਣਾ ਹੈ ਇੱਥੇ ਰਹਿਣਾ ਨਹੀਂ ਇਸ ਲਈ ਤੇਰਾ ਅਸਲੀ ਠਿਕਾਣਾ ਇਹ ਨਹੀਂ ਤੇ ਗੁਰਬਾਣੀ ਕਹਿੰਦੀ ਹੈ ਕਿ ਮਨੁੱਖ ਤੂੰ ਜੀਵਨ ਤੇ ਰਾਜ ਖੁੰਝ ਗਿਆ ਹੋਇਆ ਹੈ ਤੂੰ ਭੁੱਲ ਗਿਆ ਹੋਇਆ ਹੈ ਓਜ ਦੇ ਪਿਆ ਗਿਆ ਹੋਇਆ ਹੈ ਕਿਉਂ ਕਿ ਜੋ ਕਰ ਛੱਡ ਗਵਾਮਣਾ ਸੋ ਲੱਗਾ ਮਨਮਾਏ ਜਿੱਥੇ ਜਾਏ ਤੁਦ ਵਰਤਨਾ ਤਿਸ ਕੀ ਚਿੰਤਾ ਨਾ ਹੈ ਕਹਿੰਦੇ ਜਿਸ ਸੰਸਾਰ ਰੂਪੀ ਕਾਰਨ ਨੂੰ ਤੂੰ ਤਿਆਗ ਦੇਣਾ ਹੈ ਛੱਡ ਦੇਣਾ ਹੈ ਇਸ ਨੂੰ ਛੱਡ ਕੇ ਇੱਕ ਦਿਨ ਚਲੇ ਜਾਣਾ ਹੈ ਇਸ ਕਾਰਨ ਨਾਲ ਤੈਨੂੰ ਬਹੁਤ ਮੋਹ ਹੈ ਜੀਵਦਿਆਂ ਚਾਹੁੰਦਾ ਹੈ ਤੂੰ ਮੇਰੇ ਕੋਲ ਬਹੁਤ ਵੱਡਾ ਮਕਾਨ ਹੋਵੇ ਅਤੇ ਸੁੰਦਰ ਟੰਗ ਨਾਲ ਬਣਿਆ ਹੋਵੇ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਫੂਲਾਂ ਵਿਸਰੈ ਤੇਰਾ ਚਿਤ ਨਾ ਆਵੇ ਨਾ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ ਕਿ ਪਾਛਾ ਸੁੰਦਰ ਘਰ ਹੋਵੇ ਸੁੰਦਰ ਸਮਾਨ ਹੁਣ ਉਸ ਘਰ ਵਿੱਚ ਸੁੰਦਰ ਲੱਕੜੀ ਹੋਵੇ ਖੁਸ਼ਬੂਦਾਰ ਤੇ ਜੇ ਤੇਰਾ ਨਾਮ ਮੈਨੂੰ ਵਿਸਰ ਜਾਏ ਤਾਂ ਆ ਚੀਜ਼ਾਂ ਸਾਰੀਆਂ ਬਿਕਾਰ ਤੋਂ ਪਾਛਾ ਕਿੰਨੇ ਵੇ ਤੀਜੇ ਪੈਰ ਦੇ ਵਿੱਚ ਮਨੁੱਖ ਜਵਾਨੇ ਦੇ ਨਸ਼ੇ ਵਿੱਚ ਉਸ ਮਾਲਕ ਨੂੰ ਭੁੱਲ ਜਾਂਦਾ ਹੈ ਤੇ ਇਸ ਤਾ ਚਿੱਤ ਮਾਇਆ ਵਿੱਚ ਹੀ ਲਗਾ ਰਹਿੰਦਾ ਹੈ ਮਾਇਆ ਰੂਪੀ ਪਦਾਰਥ ਇਕੱਠੇ ਕਰਨ ਦੇ ਵਿੱਚ ਇਸ ਨੂੰ ਆਨੰਦ ਆਉਂਦਾ ਹੈ ਧਰਮ ਵਾਲੇ ਪਾਸੇ ਧਿਆਨ ਮਾਰਦਾ ਹੀ ਨਹੀਂ ਕਦੀ ਸੋਚਦਾ ਨਹੀਂ ਕਿ ਮੈਨੂੰ ਗਿਣਤੀ ਮਿੰਤੀ ਦੇ ਦਿਨ ਮਿਲੇ ਹਨ ਤੇ ਕੱਟੇ ਜਾ ਰਹੇ ਹਨ ਕੱਟਦੇ ਜਾ ਰਹੇ ਹਨ ਤੇ ਮੈਂ ਅਜਾਈ ਇਹਨਾਂ ਨੂੰ ਵਿਅਰਥਿ ਗਵਾਈ ਜਾ ਰਿਹਾ ਹਾਂ ਤੋ ਪਾਛਾ ਕੇਨਨ ਭਾਈ ਤੀਜਾ ਪਹਿਰਾ ਰੇਣ ਕਹਿ ਵਣ ਜਾ ਰਿਆ ਮਿਤਰਾ ਤਨ ਜੋਬਨ ਸਿਉਚਿਤ ਹਰ ਕਾ ਨਾਮ ਨਾ ਚੇਤਾ ਵਣ ਜਾ ਰਿਆ ਮਿਤਰਾ ਬੱਧਾ ਛੁੱਟੇ ਜਿਤ ਜਿਸ ਨਾਮ ਨੂੰ ਜਪਨ ਨਾਲ ਜਨਮਾਂ ਦੀ ਫਾਹਿਤ ਤੂੰ ਬਾਈ ਸਕਦਾ ਸੀ ਮਾਲਕ ਦੇ ਦਰ ਤੇ ਤੈਨੂੰ ਸਜ਼ਾਵਾਂ ਜਿਹੜੀਆਂ ਮਿਲੀਆਂ ਹਨ ਉਸ ਤੋਂ ਤੂੰ ਬਾਈ ਸਕਦਾ ਸੀ ਤੂੰ ਉਸ ਨਾਮ ਨੂੰ ਨਹੀਂ ਜਪਿਆ ਹਰ ਕਾ ਨਾਮ ਨਾ ਚੇਤਾ ਪ੍ਰਾਣੀ ਵਿਕਲ ਪਿਆ ਸੰਗ ਮਾਇਆ ਤੂੰ ਮਾਇਆ ਦੇ ਵਿੱਚ ਵਿਅਕਲ ਹੋਇਆ ਪਿਆ ਹੈ ਜਿਵੇਂ ਕਿ ਤੇਰੇ ਜੀਵਨ ਦਾ ਆਧਾਰ ਹੀ ਤੇਰੇ ਜੀਵਨ ਦਾ ਮਨੋਰਥ ਹੀ ਮਾਇਆ ਇਕੱਤਰ ਕਰਨੀ ਹੈ ਤੇ ਤਨ ਜੋਵਨ ਵਿੱਚ ਤੇਰਾ ਚਿੱਤ ਜਿਹੜਾ ਫਸਿਆ ਹੋਇਆ ਹੈ ਤੇ ਤੂੰ ਮਾਲਕ ਵੱਲੋਂ ਟੁੱਟਿਆ ਹੋਇਆ ਹੈ ਕਿਸੇ ਮਨੁੱਖ ਨੇ ਕਿਸੇ ਠਿਕਾਣੇ ਤੇ ਮੰਜ਼ਲ ਤੇ ਪੁਜਣਾ ਹੋਵੇ ਤਾਂ ਸ਼ੁਰੂ ਤੋਂ ਉਹ ਕੁਰਾਹੇ ਪੈ ਜਾਵੇ ਰਸਤਾ ਭੁੱਲ ਜਾਵੇ ਉਲਟੇ ਪਾਸੇ ਸਫ਼ਰ ਕਰਨਾ ਸ਼ੁਰੂ ਕਰ ਦੇਵੇ ਤਾਂ ਉਸ ਨੂੰ ਕਦੇ ਵੀ ਆਪਣੀ ਮੰਜ਼ਲ ਨਹੀਂ ਮਿਲ ਸਕਦੀ ਪਾਤਸ਼ਾਹ ਕਹਿੰਦੇ ਨੇ ਮਨੁੱਖ ਵੀ ਪਟਕਿਆ ਹੋਇਆ ਹੈ ਆਪਣੇ ਰਸਤੇ ਤੋਂ ਕੁਰਾਹੇ ਪਿਆ ਹੋਇਆ ਹੈ ਤੇ ਮਾਇਆ ਦੇ ਵਿੱਚ ਖੱਚੇ ਧੋਕੇ ਉਸ ਮਾਲਕ ਨੂੰ ਭੁੱਲ ਬੈਠਾ ਹੈ ਹਰ ਕਾ ਨਾਮ ਨਾ ਚੇਤਾ ਪ੍ਰਾਣੀ ਵਿਕਲਪਿਆ ਸੰਗ ਮਾਇਆ ਤਨ ਸਿਉ ਰੱਤਾ ਜੋਬਨ ਮੱਤਾ ਨਾਮ ਗਵਾਇਆ ਐਹਲਾ ਜਨਮ ਦੇ ਅਰਥਨ ਬੜਾ ਕੀਮਤੀ ਮਨੁੱਖਾ ਜਨ ਕਹਿੰਦੇ ਤਨ ਸਿਉ ਰੱਤਾ ਜੋਬਨ ਮੱਤਾ ਜੋਬਨ ਦੀ ਮਸਤੀ ਵਿੱਚ ਤਨ ਦੁਲਤ ਨਸ਼ੇ ਵਿੱਚ ਉਸ ਮਾਲਕ ਨੂੰ ਇਸਨੇ ਪੁਲਾ ਛੱਡਿਆ ਤੇ ਇਤਨਾ ਕੀਮਤੀ ਜਨਮ ਜਿਹੜਾ ਹੈ ਉਹ ਇਸਨੇ ਗਵਾ ਛੱਡਿਆ ਧਰਮ ਸਿਤੀ ਵਪਾਰ ਨਾ ਕੀਤਾ ਕਰਮ ਨਾ ਕੀਤਾ ਮਿਤ ਇਸਨੇ ਧਰਮ ਦਾ ਵਪਾਰ ਨਹੀਂ ਕੀਤਾ ਕਿਉਂਕਿ ਮਨੁੱਖ ਧਰਮ ਕਮਾਉਣ ਲਈ ਆਇਆ ਹੈ ਤੇ ਮਨੁੱਖ ਨੂੰ ਮੌਤ ਕੋਲੋਂ ਡਰ ਕਿਉਂ ਲੱਗਦਾ ਹੈ ਇਸੇ ਲਈ ਡਰਦਾ ਹੈ ਮਨੁੱਖ ਕਿਉਂਕਿ ਇਸ ਨੂੰ ਪਤਾ ਹੈ ਮੈਂ ਜਿਸ ਕੰਮ ਲਈ ਆਇਆ ਸੀ ਉਹ ਕੰਮ ਮੈਂ ਕੀਤਾ ਨਹੀਂ ਇੱਕ ਉਦਾਹਰਣ ਲੈ ਲਈਏ ਬਹੁਤ ਸਾਰੇ ਬੱਚੇ ਸਵੇਰੇ ਜਦੋਂ ਸਕੂਲ ਭੇਜੇ ਜਾਂਦੇ ਹਨ ਤਾਂ ਰੋਂਦੇ ਹਨ ਉਹਨਾਂ ਦੇ ਰੋਣ ਪਿੱਛੇ ਇੱਕ ਹਕੀਕਤ ਕੰਮ ਕਰਦੀ ਹੈ ਉਹਨਾਂ ਨੂੰ ਪਤਾ ਹੈ ਕਿ ਉਹ ਪੜ੍ਹਾਈ ਵਿੱਚ ਲਾਇਕ ਨਹੀਂ ਹਨ। ਉਹਨਾਂ ਨੇ ਹੋਮਵਰਕ ਨਹੀਂ ਕੀਤਾ ਹੋਇਆ ਜੋ ਉਸਤਾਦ ਨੇ ਸਬਕ ਦਿੱਤਾ ਹੋਇਆ ਹੈ। ਉਹ ਉਹਨਾਂ ਨੂੰ ਯਾਦ ਨਹੀਂ ਤੇ ਉਹਨਾਂ ਨੂੰ ਪਤਾ ਹੈ ਪਈ ਉਸਤਾਦ ਨੇ ਸਾਨੂੰ ਫਿਰ ਸਜ਼ਾਵਾਂ ਦੇਣੀਆਂ ਹਨ। ਇਸ ਲਈ ਉਹ ਰੋਂਦੇ ਹਨ। ਤੇ ਪਾਤਸ਼ਾਹ ਕਹਿੰਦੇ ਨੇ ਪਈ ਜਿਹੜਾ ਮਨੁੱਖ ਧਰਮ ਕਮਾਉਣ ਲਈ ਆਇਆ ਸੀ ਤੇ ਧਰਮ ਉਸਨੇ ਕਮਾਇਆ ਨਹੀਂ ਉਸ ਨੂੰ ਮੌਤ ਤੋਂ ਡਰ ਲੱਗਦਾ ਹੈ। ਬੜੇ ਸੁੰਦਰ ਸ਼ਬਦਾਂ ਵਿੱਚ ਪਾਤਸ਼ਾਹ ਕਹਿੰਦੇ ਹਨ। ਸੋ ਡਰ ਹੈ ਜੇ ਪਾਪ ਕਮਾਉਂਦਾ ਧਰਮੀ ਵਿਕਸੇਤ ਡਰਦਾ ਉਹ ਹੈ ਜਿਹੜਾ ਪਾਪ ਕਮਾਉਂਦਾ ਹੈ ਕਿਉਂਕਿ ਚੌਥੇ ਪਾਛੇ ਵੀ ਬੜੇ ਸੁੰਦਰ ਸ਼ਬਦਾਂ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਸਗਲੀ ਰੇਨ ਸਵਤ ਗਲਫਾ ਹੀ ਦਿਨ ਸ ਜੰਜਾਲ ਗਵਾਇਆ ਖਿੰ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹ ਜਗ ਤੋ ਪਾਇਆ ਮਨ ਰੇ ਕਿਉਂ ਛੋਟੇ ਸੁਖ ਭਾਰੀ ਕਿਆ ਲੈ ਆਵਸ ਕਿਆ ਲੈ ਜਾਵਸ ਰਾਮ ਜਪੋ ਗੁਨਕਾਰੀ ਕਿ ਭਾਈ ਸਾਰੀ ਜੀਵਨ ਰੂਪੀ ਰਾਤ ਤੇਰੀ ਵਿਅਰਥ ਹੀ ਗੁਜ਼ਰ ਰਹੀ ਹੈ ਤੇ ਤੂੰ ਇਸ ਪਾਸੇ ਧਿਆਨ ਨਹੀਂ ਮਾਰਿਆ ਤੂੰ ਲੈ ਕੇ ਕੀ ਆਇਆ ਸੀ ਸੰਸਾਰ ਵਿੱਚ ਤੇ ਫਿਰ ਇਥੋਂ ਲੈ ਕੇ ਵਾਪਸ ਕੀ ਜਾਏਗਾ ਇਸ ਬਾਰੇ ਥੋੜਾ ਧਿਆਨ ਮਾਰ ਤੋ ਪਾਛਾ ਕਹਿੰਦੇ ਨੇ ਭਾਈ ਧਰਮ ਸੇਤੀ ਵਪਾਰ ਨਾ ਕੀਤਾ ਕਰਮ ਨਾ ਕੀਤਾ ਮਿੱਥ ਐ ਮਿੱਤਰ ਚੰਗੇ ਕਰਮ ਤੂੰ ਨਹੀਂ ਕੀਤੇ ਧਰਮ ਦਾ ਵਪਾਰ ਨਹੀਂ ਕੀਤਾ ਤੇ ਫਿਰ ਯਾਦ ਰੱਖ ਮਾਲਕ ਤੇ ਦਰ ਤੇ ਤੈਨੂੰ ਸਜ਼ਾ ਮਿਲੇ ਕੋਹ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋਬਨ ਸਿਉ ਚਿਤ ਤੀਜੇ ਪਹਿਰ ਵਿੱਚ ਇਹ ਪ੍ਰਾਣੀ ਇਹ ਮਨੁੱਖ ਨਾਮ ਨਹੀਂ ਜਪਦਾ ਨਾਮ ਨਾਲ ਟੁੱਟ ਜਾਂਦਾ ਹੈ ਤੇ ਧਿਆਨ ਇਸਦਾ ਧਨ ਅਤੇ ਦੌਲਤ ਕਮਾਣ ਵਿੱਚ ਹੀ ਲੱਗਾ ਰਹਿੰਦਾ ਹੈ ਜੇ ਗੁਰਬਾਣੀ ਦੂ ਵਿਸਥਾਰ ਵਿੱਚ ਅਸੀਂ ਪੜਿਏ ਬਾਚੀਏ ਸਮਝੀਏ ਤਾਂ ਪਾਤਸ਼ਾਹ ਨੇ ਮਾਇਆ ਦੇ ਸਬੰਧ ਵਿੱਚ ਬੜੀ ਸੁੰਦਰ ਗੱਲ ਆਖੀ ਕਿ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦ ਦੀ ਜਿਨਾ ਲਿਵ ਲੱਗੀ ਤਿਨੇ ਵਿੱਚੇ ਮਾਇਆ ਪਾਇਆ ਜਦੋਂ ਅਸੀਂ ਪਹਿਲੇ ਪੈਰ ਦੇ ਗੱਲ ਕੀਤੀ ਤਾਂ ਇਹ ਸ਼ਬਦ ਅਸੀਂ ਵਾਰ-ਵਾਰ ਡਿਸਕਸ ਕੀਤਾ ਕਿ ਮਾਂ ਦੇ ਗਰਭ ਦੇ ਵਿੱਚ ਬੱਚੇ ਦੀ ਲਿਵ ਉਸ ਮਾਲਕ ਨਾਲ ਜੁੜੀ ਹੋਈ ਸੀ ਇਸ ਲਈ ਆਨੰਦਮਈ ਅਵਸਥਾ ਵਿੱਚ ਸੀ ਤੇ ਜਦੋਂ ਜਨਮ ਲੈ ਲਿਆ ਇਸਨੇ ਮਾਇਆ ਨੇ ਇਸ ਤੇ ਆਪਣਾ ਗਲਬਾ ਪਾ ਲਿਆ ਫਿਰ ਇਹ ਦੁਖੀ ਹੋ ਗਿਆ ਤੋਂ ਪਾਤਸ਼ਾਹ ਇਹ ਗੱਲ ਸਾਨੂੰ ਸਮਝਾਉਂਦੇ ਹਨ ਇਹ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਪਾਉ ਦੂਜਾ ਲਾਇ ਦੂਜੇ ਪਾਉ ਦੇ ਅਰਥ ਹਨ ਕਿ ਪਿਆਰ ਪ੍ਰਭੂ ਨਾਲ ਕਰਨਾ ਸੀ ਮਾਲਕ ਨਾਲ ਕਰਨਾ ਸੀ ਧਰਮੀ ਬਣ ਕੇ ਜੀਵਨ ਬਤੀਤ ਕਰਨਾ ਸੀ ਇਸਨੇ ਐਸਾ ਨਹੀਂ ਕੀਤਾ ਤੇ ਦੂਜਾ ਪਾਉ ਪਾਉ ਮਾਇਆ ਨਾਲ ਇਸਦਾ ਪਿਆਰ ਹੋ ਗਿਆ ਤੇ ਫਿਰ ਮਾਇਆ ਦੇ ਸੰਬੰਧ ਵੀ ਪਾਤਸ਼ਾਹ ਬਾਰ ਬਾਰ ਆਖਦੇ ਹਨ 인 ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ 비ਸਾਰੇ ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾ ਕਰੇ ਵਿਚਾਰੇ ਇਹ ਮਾਲਕ ਵੈਗਰੂ ਅਸੀਂ ਮਾਇਆ ਵਿੱਚ ਐਸੇ ਖਚਿਤ ਹੋ ਗਏ ਹੋਏ ਹਾਂ ਕਿ ਇਸ ਮਾਇਆ ਨੇ ਸਾਨੂੰ ਆਪਣੇ ਮੁੱਢ ਨਾਲੋਂ ਤੋੜ ਹੀ ਦਿੱਤਾ ਹੈ ਤੇ ਮਾਇਆ ਗੁਜ਼ਰਾਨ ਹੈ ਪਰ ਮਨੁੱਖ ਨੇ ਮਾਇਆ 71ਵੇਂ ਕੀਤੀ ਜੀਵੇਂ ਕਿ ਜੀਵਨ ਪਰ ਕਦੀ ਇਸਨੇ ਮੌਤ ਦਾ ਮੋ ਦੇਖਣਾ ਹੀ ਨਹੀਂ ਤੇ ਇਸਨੇ ਜੀਵਤ ਹੀ ਰਹਿਣਾ ਹੈ ਤਾਂ ਅੱਗੇ ਜੇ ਗੱਲ ਕਰੀਏ ਚੌਥੇ ਪੈਰ ਦੀ ਤਾਂ ਫਿਰ ਜਦੋਂ ਤਿੰਨੇ ਪੈਰ ਕੱਟ ਜਾਂਦੇ ਹਨ ਖਤਮ ਹੋ ਜਾਂਦੇ ਹਨ ਜੀਵਨ ਰੂਪੀ ਰਾਤੇ ਤਿੰਨ ਪੈਰ ਜਿਹੜਾ ਨ ਇੱਕ ਇੱਕ ਕਰਕੇ ਸਮਾਪਤ ਹੋ ਜਾਂਦੇ ਹਨ ਤਾਂ ਫਿਰ ਚੌਥਾ ਪੈਰ ਆ ਜਾਂਦਾ ਹੈ ਜਿਸ ਤੇ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਕੀਤੀ ਕਿ ਚੌਥਾ ਪਹਿਰਾ ਰੈਣ ਕੈ ਵਣ ਜਾ ਰਿਆ ਮਿਤਰਾ ਲਾਵੀ ਆਇਆ ਖੇਤ ਲਾਵੀ ਉਸਨੂੰ ਕਹਿੰਦੇ ਹਨ ਜਿਸਨੇ ਖੇਤ ਵਿੱਚ ਕਿਸੇ ਵੇਲੇ ਫਸਲ ਬੀਜੀ ਸੀ ਅੱਜ ਫਸਲ ਪੱਕ ਗਈ ਭਾਵ ਮਨੁੱਖ ਨੂੰ ਜਿੰਨਾ ਸਮਾਂ ਉਸ ਪ੍ਰਭੂ ਵੱਲੂ ਮਿਲਿਆ ਸੀ ਉਹ ਕੱਟ ਗਿਆ ਤੇ ਫਿਰ ਜਮ ਰੂਪੀ ਲਾਵੀ ਜਿਹੜਾ ਹੈ ਉਹ ਇਸ ਨੂੰ ਲੈਣ ਵਾਸਤੇ ਆਇਆ ਪਾਤਸ਼ਾਹ ਕਹਿੰਨ ਚੌਥਾ ਪਹਿਰਾ ਰੈਣ ਕੈ ਵਣ ਜਾ ਰਿਆ ਮਿਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਵਣ ਜਾ ਰਿਹਾ ਮਿਤਰਾ ਕਿਸਾ ਨਾ ਮਿਲਿਆ ਭੇਤ ਫਿਰ ਮਨੁੱਖ ਜਦੋਂ ਬਿਮਾਰ ਹੁੰਦਾ ਮੰਜੇ ਤੇ ਪੈ ਜਾਂਦਾ ਪਰਿਵਾਰ ਵਾਲੇ ਬੜੀ ਕੋਸ਼ਿਸ਼ ਕਰਦੇ ਹਨ ਚੰਗੇ ਤੋਂ ਚੰਗੇ ਡਾਕਟਰ ਨੂੰ ਦੱਸਿਆ ਜਾਵੇ ਇਸ ਨੂੰ ਬਚਾਉਣ ਦੇ ਯਤਨ ਕਰਦੇ ਹਨ ਪਰ ਕਿਸੇ ਨੂੰ ਇਹ ਭੇਤ ਨਹੀਂ ਹੁੰਦਾ ਕਿ ਇਹਨਾਂ ਦੇ ਇਹ ਯਤਨ ਇਸ ਨੂੰ ਬਚਾਣ ਦੇ ਕੋਈ ਫਾਇਦਾ ਦੇਣ ਵਾਲੇ ਨਹੀਂ ਹੁਣ ਇਸ ਦਾ ਸਮਾਂ ਪੂਰਾ ਹੋ ਗਿਆ ਹੈ ਤੇ ਇਸ ਨੇ ਇੱਥੇ ਰਹਿਣਾ ਨਹੀਂ ਜਾਂ ਜੰਪਕੜ ਚਲਾਇਆ ਬਣ ਜਾ ਰਿਆ ਮਿਤਰਾ ਲਾਵੀ ਆਇਆ ਖੇਤ ਜਾਂ ਜੰਪਕੜ ਚਲਾਇਆ ਦਿਨ ਨੇੜਾ ਆਇਆ ਉਹ ਦਿਨ ਆ ਗਿਆ ਕਿਉਂਕਿ ਪੁਜ ਦਿਵਸ ਆਇ ਲਿਖੇ ਮਾਇ ਦੁਖ ਧਰਮ ਦੂਤੈ ਡਿਠਿਆ ਪਾਤਸ਼ਾਹ ਕਹਿੰਦੇ ਹਨ ਕਿ ਭਾਈ ਚੌਥਾ ਪਹਿਰੈ ਰਹਿਣ ਕੈ ਬਣ ਜਾ ਰਿਆ ਮਿਤਰਾ ਲਾਵੀ ਆਇਆ ਖੇਤ ਜਾਂ ਜੰਪਕੜ ਚਲਾਇਆ ਬਣ ਜਾ ਰਿਆ ਮਿਤਰਾ ਕਿਸਾ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸਾ ਨਾ ਮਿਲੋ ਜਾਂ ਜੰਪਕੜ ਚਲਾਇਆ ਚੌਥਾ ਰੁੱਧਨ ਹਵਾ ਦੁਆਲਾ ਖਿੰਮੇ ਪਿਆਪ ਰਾਇ ਸਾਈ ਵਸਤ ਪ੍ਰਾਪਤ ਹੋਈ ਜਿਸਿਉ ਲਾਇਆ ਹੇਤ ਕੋ ਨਾਨਕ ਚੌਥਾ ਪੈਰ ਪਰਾਨੀ ਲਾਵੀ ਲੁਨਿਆ ਖੇਤ ਲੁਨਿਆ ਦੇ ਅਰਥਨ ਕੱਟ ਦਿੱਤਾ ਚੌਥੇ ਪੈਰ ਵਿੱਚ ਫਿਰ ਉਹ ਲਾਵੀ ਜਮ ਰੂਪੀ ਲਾਵੀ ਆ ਜਾਂਦੇ ਹਨ ਉਹ ਇਸ ਨੂੰ ਇਸ ਫਸਲ ਨੂੰ ਕੱਟ ਕੇ ਲੈ ਜਾਂਦੇ ਹਨ ਉੱਥੇ ਮਨੁੱਖਤਾ ਕੋਈ ਚਾਰਾ ਨਹੀਂ ਚੱਲਦਾ ਤੋ ਆਓ ਸਾਨੂੰ ਜਿਹੜਾ ਇਹ ਸਮਾਂ ਮਿਲਿਆ ਹੈ ਜੀਵਨ ਰੂਪੀ ਰਾਤ ਦਾ ਇਸ ਨੂੰ ਅਜਾਇਨਾ ਕੋਈਏ ਤਾਂ ਅਸੀਂ ਉਸ ਮਾਲਕ ਦੀ ਸਿਫਤਸਲਾ ਕਰਦੇ ਹੋਇਆ ਚੰਗੇ ਗੁਣ ਧਾਰਨ ਕਰਕੇ ਚੰਗਾ ਜੀਵਨ ਬਣਾਈਏ ਤਾਂ ਕਿ ਮਾਲਕ ਦੇਦਰ ਤੇ ਸਾਨੂੰ ਸਤਕਾਰ ਮਿਲ ਸਕੇ ਅਸੀਂ ਉੱਥੇ ਪ੍ਰਵਾਨ ਹੋ ਸਕੀਏ ਇਤਨੇ ਵਿਚਾਰਾਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ